ਕਨੈਕਟ ਐਫਐਮ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਮਨਪ੍ਰੀਤ ਰੰਧਾਵਾ ਚੰਦਨਾ ਪੱਟੀ ਗੁਰਦਾਸਪੁਰ ਦੇ ਵਿੱਚ ਇਹ ਪੋਸਟਡ ਨੇ ਉੱਥੇ ਨਿਯੁਕਤ ਨੇ ਬਤੌਰ ਸਿਵਲ ਜੱਜ ਨੇ ਇਹ ਜੂਨੀਅਰ ਡਿਵੀਜ਼ਨ ਦੇ ਤੇ ਜੁਡੀਸ਼ੀਅਲ ਮੈਜਿਸਟਰੇਟ ਫਰਸਟ ਕਲਾਸ ਵੀ ਇਹਨਾਂ ਨੂੰ ਕਹਿੰਦੇ ਆ ਇਹਨਾਂ ਦੇ ਘਰ ਪਿਛਲੇ ਦਿਨਾਂ ਦੇ ਵਿੱਚ ਚੋਰੀ ਹੋ ਜਾਂਦੀ ਆ ਤੇ ਇਹ ਆਪਣੀ ਹੀ ਡੋਮੈਸਟਿਕ ਹੈਲਪ ਯਾਨੀ ਕਿ ਆਪਣੀ ਹੀ ਨੌਕਰਾਨੀ ਕਹਿ ਲਓ ਆਪਣੀ ਹੀ ਕੰਮ ਕਰਨ ਵਾਲੀ ਕਹਿ ਲਓ ਉਸ ਉੱਤੇ ਇਲਜ਼ਾਮ ਲਾ ਦਿੰਦੇ ਨੇ ਕਿ ਇਸ ਲਈ ਸਾਡਾ ਸੋਨਾ ਇਸੇ ਨੇ ਸਾਡੇ ਗਹਿਣੇ ਜਾਂ ਇਸੇ ਨੇ ਸਾਡਾ ਕੈਸ਼ ਚੁੱਕਿਆ ਪੁਲਿਸ ਆਉਂਦੀ ਹੈ ਗੁਰਦਾਸਪੁਰ ਦੀ ਇਸ ਕੁੜੀ ਨੂੰ ਫੜ ਕੇ ਲੈ ਜਾਂਦੀ ਹੈ ਔਰ ਉਸ ਤੋਂ ਬਾਅਦ ਇੰਨੀ ਬੁਰੀ ਤਰ੍ਹਾਂ ਮਾਰਦੀ ਹੈ ਕੁੱਟਦੀ ਹੈ ਟਰਟਚਰ ਕਰਦੀ ਹੈ ਥਰਡ ਡਿਗਰੀ ਟਰਟਚਰ ਕਿ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਉਣਾ ਪੈਂਦਾ ਸਿਵਲ ਹਸਪਤਾਲ ਦੇ ਵਿੱਚ ਜਿੱਥੇ ਡਾਕਟਰ ਕਹਿੰਦੇ ਨੇ ਕਿ ਇਹਦੇ ਬਹੁਤ ਜ਼ਿਆਦਾ ਗੁੱਝੀਆਂ ਸੱਟਾਂ ਵੱਜੀਆਂ ਨੇ ਤੇ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੇ ਜੱਜ ਖੁਦ ਜਿਨ੍ਹਾਂ ਨੇ ਇਹ ਯਕੀਨੀ ਬਣਾਉਣਾ ਹੁੰਦਾ ਕਿ ਸਾਡੇ ਹਿਊਮਨ ਰਾਈਟਸ ਦਾ ਸਾਡੇ ਮਨੁੱਖੀ ਅਧਿਕਾਰਾਂ ਦਾ ਕਿ ਕਿਸੇ ਤਰ੍ਹਾਂ ਦਾ ਕੋਈ ਹਨਨ ਨਾ ਹੋਵੇ ਕੋਈ ਕਹਨ ਨਾ ਹੋਵੇ ਜਾਂ ਉਹਨਾਂ ਦੀ ਵਾਇਲੇਸ਼ਨ ਨਾ ਹੋਵੇ ਤੇ ਉਹਨਾਂ ਦੇ ਆਪਣੇ ਨੌਕਰ ਨੂੰ ਪੁਲਿਸ ਇੰਨੀ ਬੁਰੀ ਤਰ੍ਹਾਂ ਕੁੱਟਦੀ ਆ ਮਾਰਦੀ ਆ ਔਰ ਇਹ ਜੱਜ ਚੁੱਪ ਰਹਿੰਦੇ ਨੇ ਇਸ ਸਾਰੇ ਮੁੱਦੇ ਨੂੰ 360 ਡਿਗਰੀ ਐਂਗਲ ਤੇ ਦੇਖਣ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਪੀਪੀਸੀਬੀ ਵੀ ਕਹਿੰਦੇ ਨੇ ਆ ਉਹਨੂੰ ਉਸ ਨੇ ਹੁਣ ਇੱਕ ਫਾਈਨਲ ਫੈਸਲਾ ਇਹ ਲੈ ਲਿਆ ਕਹਿੰਦੇ ਕਿ ਜਿਹੜੀ ਮਸੂਰਵਾਲ ਜ਼ੀਰੇ ਫਿਰੋਜ਼ਪੁਰ ਦੇ ਵਿੱਚ ਲਿਕਰ ਸ਼ਰਾਬ ਦੀ ਉਹ ਫੈਕਟਰੀ ਜਿਹੜੀ ਪਿਛਲੇ ਕਾਫੀ ਦਿਨਾਂ ਤੋਂ ਵਿਵਾਦਾਂ ਦੇ ਵਿੱਚ ਸੀ ਔਰ ਦੀਪ ਮਲੋਤਰਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਐਮਐਲਏ ਇਹ ਇਸ ਦੇ ਮਾਲਕ ਨੇ ਓਨਰ ਨੇ ਕਹਿੰਦੇ ਕਿ ਹੁਣ ਇਸ ਨੂੰ ਕੰਸੈਂਟ ਨਹੀਂ ਦੇਣਾ ਜਾਂ ਇਸ ਨੂੰ ਹੁਣ ਪਰਮਾਨੈਂਟਲੀ ਬੰਦ ਕਰ ਦੇਣਾ ਕਿਉਂਕਿ ਇਹ ਪ੍ਰਦੂਸ਼ਣ ਫਲਾ ਰਹੀ ਸੀ ਸਾਲ 2007 ਦੀ ਇਹ ਫੈਕਟਰੀ ਲੱਗੀ ਹੋਈ ਆ ਤੇ ਕੀ ਹੁਣ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੂੰ ਹੁਣ ਪਤਾ ਲੱਗਾ ਕਿ ਇਹ ਪ੍ਰਦੂਸ਼ਨ ਫਲਾ ਰਹੀ ਸੀ ਪਹਿਲਾਂ ਇਹਨਾਂ ਦੀਆਂ ਰਿਪੋਰਟਾਂ ਇੰਨੀਆਂ ਵੱਖਰੀਆਂ ਕਿੱਥੇ ਸੀ ਇਸ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਪੰਜਾਬ ਦੇ ਸਾਬਕਾ ਚੀਫ ਸਕੱਰੇਟਰੀ ਸਰਵੇਸ਼ ਕੌਸ਼ਨ ਉਹਨਾਂ ਨੂੰ ਹੁਣ ਇੱਕ ਵਾਰੀ ਫੇਰ ਪੰਜਾਬ ਵਿਜੀਲੈਂਸ ਬਿਊਰੋ ਨੇ ਬੁਲਾ ਲਿਆ ਕਹਿੰਦੇ ਪੇਸ਼ ਹੋਵੋ ਕਿਉਂਕਿ ਜਿਹੜੀਆਂ ਤੁਸੀਂ ਪ੍ਰਾਪਰਟੀਆਂ ਬਣਾਈਆਂ ਨੇ ਉਹ ਤੁਹਾਡੇ ਨੋਨ ਸੋਰਸਸ ਆਫ ਇਨਕਮ ਨੇ ਜਿਹੜੇ ਤੁਹਾਡੇ ਆਮਦਨ ਦੇ ਸਰੋਤ ਨੇ ਉਹਨਾਂ ਤੋਂ ਹੋ ਸਕਦਾ ਵੱਧ ਹੋਣ ਜਾਂ ਤੁਸੀਂ ਉਹਨਾਂ ਦੀ ਕੋਈ ਐਕਸਪਲੇਨੇਸ਼ਨ ਨਾ ਦੇ ਪਾਓ ਇਸ ਕਰਕੇ 11 ਜੁਲਾਈ ਨੂੰ ਡਿਸਪਰਪੋਰਸ਼ਨੇਟ ਐਸੈਟਸ ਦੇ ਕੇਸ ਵਿੱਚ ਪੇਸ਼ ਹੋ ਔਰ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਸਰਵੇਸ਼ ਕੌਸ਼ਲ ਕੇਬੀਐਸ ਸਿੱਧੂ ਕਾਨ ਸਿੰਘ ਪੰਨੂ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੈਬਨਟ ਮੰਤਰੀ ਜਨਮੇਜਾ ਸਿੰਘ ਸੇਖੋਂ ਹੋਣ ਜਾਂ ਸ਼ਰਨਦੀਪ ਸਿੰਘ ਢੱਲੋਂ ਹੋਣ ਇਹਨਾਂ ਤੇ ਸਿੰਚਾਈ ਘਟਾਲਾ ਜਾਂ ਇਰੀਗੇਸ਼ਨ ਸਕੈਮ ਆਲਰੇਡੀ ਚੱਲ ਰਿਹਾ ਜਿਹੜਾ ਕਿ 1000 ਕਰੋੜ ਜਾਂ ਲਗਭਗ 1100 ਕਰੋੜ ਦਾ ਸੀ ਇਸ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਹੁਣ ਜਿਹੜਾ ਦੁਬਾਰਾ ਬੁਲਾਇਆ ਗਿਆ ਇਸ ਦਾ ਕੀ ਮਤਲਬ ਆ ਤੇ ਅਖੀਰ ਤੇ ਗੁਜਰਾਤ ਹਾਈ ਕੋਰਟ ਨੇ ਰਾਹੁਲ ਗਾਂਧੀ ਨੂੰ ਜਿਸ ਰਾਹਤ ਦੀ ਉਹ ਉਮੀਦ ਕਰ ਰਹੇ ਸੀ ਜਾਂ ਇਹ ਉਮੀਦ ਕਰ ਰਹੇ ਸੀ ਕਿ ਜਿਹੜੀ ਉਹਨਾਂ ਦੀ ਕਨਵਿਕਸ਼ਨ ਹੋਈ ਆ ਜਿਹੜੀ ਕਨਵਿਕਸ਼ਨ ਜਾਂ ਜਿਹੜੀ ਸਜ਼ਾ ਉਹਨਾਂ ਨੂੰ ਮਿਲੀ ਆ 2 ਸਾਲ ਦੀ ਕੈਦ ਹੋਈ ਆ ਉਸ ਉੱਤੇ ਗੁਜਰਾਤ ਹਾਈ ਕੋਰਟ ਕਿਸੇ ਤਰ੍ਹਾਂ ਦੀ ਰਾਹਤ ਦੇ ਦੂਗਾ ਗੁਜਰਾਤ ਹਾਈ ਕੋਰਟ ਨੇ ਉਹ ਰਾਹਤ ਦੇਣ ਤੋਂ ਰਾਹੁਲ ਗਾਂਧੀ ਨੂੰ ਇਨਕਾਰ ਕਰ ਦਿੱਤਾ ਬਲਕਿ ਰਾਹਤ ਮਿਲੀ ਨਹੀਂ ਚੰਦਨਾ ਪੱਟੀ ਦੀ ਮੈਂ ਗੱਲ ਕਰ ਰਿਹਾ ਸੀ ਚੰਦਨਾ ਪੱਟੀ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਗੁਰਦਾਸਪੁਰ ਦੇ ਵਿੱਚ ਇਹਨਾਂ ਦੀ 23 ਸਾਲਾਂ ਦੀ ਨੌਕਰਾਨੀ ਕਹਿ ਲਓ ਜਾਂ ਡੋਮੈਸਟਿਕ ਹੈਲਪ ਕਹਿ ਲਓ ਜਾਂ ਕੰਮ ਕਰਨ ਵਾਲੀ ਕਹਿ ਲਓ ਉਸ ਉੱਤੇ ਇਹਨਾਂ ਨੇ ਇਲਜ਼ਾਮ ਲਾਤੇ ਕਿ ਸਾਡਾ 220 ਗ੍ਰਾਮ ਲਗਭਗ 22 ਟੋਲੇ ਸੋਨਾ ਤੇ 20000 ਰੁਪਏ ਕੈਸ਼ ਇਸ ਨੇ ਚੋਰੀ ਕਰ ਲਿਆ ਇਹ ਇਲਜ਼ਾਮ ਸੀ ਕਾਫੀ ਧੇਰ ਤੋਂ ਇਹ ਘਰ ਦੇ ਵਿੱਚ ਕੰਮ ਕਰਦੀ ਆ ਔਰ ਆਮੂਮਨ ਜਿਵੇਂ ਆਮ ਤੌਰ ਤੇ ਘਰਾਂ ਦਾ ਹੁੰਦਾ ਕਿ ਜੇ ਕੋਈ ਚੀਜ਼ ਗਵਾਜੇ ਤੇ ਫਟਾਫਟ ਇਲਜ਼ਾਮ ਸਭ ਤੋਂ ਪਹਿਲਾਂ ਨੌਕਰਾਂ ਤੇ ਲਾ ਦੋ ਇਹ ਤਾਂ ਇੱਕ ਤਰ੍ਹਾਂ ਦੀ ਫਿਤਰਤ ਆ ਇਸੇ ਤਰ੍ਹਾਂ ਇਸ ਕੇਸ ਦੇ ਵਿੱਚ ਵੀ ਹੋਇਆ 1 ਜੁਲਾਈ ਨੂੰ ਗੁਰਦਾਸਪੁਰ ਦੀ ਪੁਲਿਸ ਆਉਂਦੀ ਆ ਸਿਟੀ ਪੁਲਿਸ ਸਟੇਸ਼ਨ ਦੇ ਐਸ ਐਚਓ ਨੇ ਗੁਰਮੀਤ ਸਿੰਘ ਤੇ ਉਹਨਾਂ ਦੇ ਨਾਲ ਦੋ ਏਐਸਆਈ ਆਉਂਦੇ ਆ ਇੱਕ ਏਐਸਆਈ ਦਾ ਨਾਮ ਹੁੰਦਾ ਮੰਗਲ ਸਿੰਘ ਤੇ ਦੂਸਰੇ ਏਐਸਆਈ ਅਸਿਸਟੈਂਟ ਸਬ ਇੰਸਪੈਕਟਰ ਦੀ ਮੈਂ ਗੱਲ ਕਰ ਰਿਹਾ ਦੂਸਰੇ ਏਐਸਆਈ ਦਾ ਨਾਮ ਹੁੰਦਾ ਅਸ਼ੂਨੀ ਕੁਮਾਰ ਇਹ ਇਸ ਕੁੜੀ ਨੂੰ ਫੜ ਕੇ ਲੈ ਜਾਂਦੇ ਆ ਤੇ ਆਪਣੇ ਹੀ ਰਿਹਾਇਸ਼ੀ ਕੁਆਟਰਸ ਦੇ ਵਿੱਚ ਹੁਣ ਤੁਸੀਂ ਦੇਖੋ ਆਪਣੇ ਰਿਹਾਇਸ਼ੀ ਕੁਆਟਰਸ ਦੇ ਵਿੱਚ ਕਿਸੇ ਵੀ ਔਰਤ ਕੋਈ ਕਿਸੇ ਤਰ੍ਹਾਂ ਦੀ ਕੌਨਸਟੇਬਲ ਨਹੀਂ ਸੀ ਕੋਈ ਲੇਡੀ ਪੁਲਿਸ ਜਿਸ ਨੂੰ ਅਸੀਂ ਅਕਸਰ ਆਮ ਭਾਸ਼ਾ ਦੇ ਵਿੱਚ ਕਹਿ ਦਿੰਦੇ ਆ ਉਹ ਉੱਥੇ ਮੌਜੂਦ ਨਹੀਂ ਸੀ ਤੇ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਇਸ ਕੁੜੀ ਨੂੰ ਮਮਤਾ ਨਾਮ ਦੀ ਕੁੜੀ ਨੂੰ ਬੁਰੀ ਤਰ੍ਹਾਂ ਕੁੱਟਦੇ ਆ ਮਾਰਦੇ ਆ ਬਲਕਿ ਨਿਰਵਸਤਰ ਕਰ ਦਿੰਦੇ ਆ ਉਸ ਤੋਂ ਬਾਅਦ ਕਈ ਅਖਬਾਰਾਂ ਦੀਆਂ ਅਜ ਖਬਰਾਂ ਵੀ ਆਈਆਂ ਹਾਲਾਂਕਿ ਬਹੁਤ ਜ਼ਿਆਦਾ ਖੁੱਲਕੇ ਨਹੀਂ ਲਿਖਿਆ ਗਿਆ ਇਥੋਂ ਤੱਕ ਕਿ ਇਸ ਨੂੰ ਕਰੰਟ ਵੀ ਲਾਉਂਦੇ ਨੇ ਇਲੈਕਟ੍ਰਿਕ ਸ਼ੌਕ ਵੀ ਲਾਉਂਦੇ ਆ ਕੁੜੀ ਇੰਨੀ ਕਿ ਜ਼ਿਆਦਾ ਬੇਹਾਲ ਹੋ ਜਾਂਦੀ ਹੈ ਤੇ ਅਗਲੇ ਦਿਨ 2 ਜੁਲਾਈ ਨੂੰ ਉਥੋਂ ਹੀ ਇਹਨਾਂ ਦੇ ਪਿੰਡ ਦੇ ਸਰਪੰਚ ਨੂੰ ਇੱਕ ਬੁਲਾ ਕੇ ਇੱਕ ਮੋਤਵਾਰ ਬੰਦੇ ਨੂੰ ਬੁਲਾ ਕੇ ਇਹ ਕੁੜੀ ਉਹਨਾਂ ਦੇ ਹਵਾਲੇ ਕਰ ਦਿੱਤੀ ਜਾਂਦੀ ਆ ਤੇ ਬਾਅਦ ਦੇ ਵਿੱਚ ਜਦੋਂ ਉਹਦੀ ਹਾਲਤ ਪਤਾ ਲੱਗਦੀ ਆ ਜਿਸ ਤਰ੍ਹਾਂ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਹੁੰਦਾ ਮਾਰਿਆ ਹੁੰਦਾ ਕਿਉਂਕਿ ਜਿਹੜੀਆਂ ਇਹਦੀਆਂ ਡਿਟੇਲਸ ਆ ਗ੍ਰਾਫਿਕ ਡਿਟੇਲਸ ਜੀ ਮੈਂ ਤੁਹਾਨੂੰ ਦੱਸਾਂ ਤੇ ਹੋ ਸਕਦਾ ਤੁਸੀਂ ਸੁਣ ਵੀ ਨਾ ਸਕੋ ਇਹਦੇ ਉੱਤੇ ਚੜ ਚੜ ਕੇ ਉਹਨਾਂ ਨੇ ਇਸ ਨੂੰ ਕੁੱਟਿਆ ਮਾਰਿਆ ਸਿਰਫ ਇਹ ਪੁੱਛਣ ਲਈ ਕਿ ਤੂੰ ਦੱਸ ਕਿ ਤੂੰ ਗਹਿਣੇ ਕਿੱਥੇ ਰੱਖੇ ਨੇ ਚੋਰੀ ਕਿੱਥੇ ਕੀਤੇ ਨੇ ਹਾਲਾਂਕਿ ਤੁਸੀਂ ਦੇਖੋ ਐਸੇ ਪੁਲਿਸ ਨੇ ਇਹਦੇ ਘਰ ਦੀ ਵੀ ਤਲਾਸ਼ੀ ਲੈ ਲਈ ਜਿੱਥੇ ਜਿੱਥੇ ਉਹਨਾਂ ਨੂੰ ਲੱਗਿਆ ਉਹਨਾਂ ਨੇ ਇਸ ਕੁੜੀ ਦੀ ਤਲਾਸ਼ੀ ਲਈ ਕਿਤੋਂ ਉਹ ਗਹਿਣੇ ਨਹੀਂ ਮਿਲੇ ਆਖਿਰਕਾਰ ਜਦੋਂ ਇੰਨੀ ਮਾੜੀ ਹਾਲਤ ਦੇ ਵਿੱਚ ਇਹਨਾਂ ਦੇ ਕੁਝ ਸਮਰਥਕਾਂ ਨੇ ਪਰਿਵਾਰ ਵਾਲਿਆਂ ਨੇ ਦੇਖਿਆ ਤੇ ਉਹਨਾਂ ਨੇ ਸਿਵਲ ਹਸਪਤਾਲ ਦੇ ਵਿੱਚ ਇਸ ਕੁੜੀ ਨੂੰ ਦਾਖਲ ਕਰਾਇਆ ਉਥੋਂ ਦੇ ਡਾਕਟਰ ਨੇ ਡਾਕਟਰ ਰਾਜ ਮਸੀ ਉਹਨਾਂ ਦਾ ਕਹਿਣਾ ਕਿ ਜਦੋਂ ਉਹਨਾਂ ਨੇ ਕੁੜੀ ਦੀ ਹਾਲਤ ਦੇਖੀ ਤੇ ਉਹ ਵੀ ਕਾਫੀ ਹੈਰਾਨ ਹੋ ਗਈ ਕਿ ਕੀ ਇਸ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ ਇਹਦੀਆਂ ਅੱਖਾਂ ਇਹਦੀਆਂ ਮੂੰਹ ਇਹਦੇ ਪੱਟਾਂ ਤੇ ਪਿੱਠ ਤੇ ਸਾਰੇ ਪਾਸੇ ਗੰਭੀਰ ਸੱਟਾਂ ਦੇ ਨਿਸ਼ਾਨ ਆ ਤੇ ਜਦੋਂ ਹੁਣ ਰੌਲਾ ਪੈ ਗਿਆ ਤੇ ਉਥੋਂ ਦੇ ਜਿਹੜੇ ਐਸਐਸਪੀ ਨੇ ਸੀਨੀਅਰ ਸੁਪਰਡੈਂਟ ਆਫ ਪੁਲਿਸ ਦਾਇਮਾ ਹਰੀਸ਼ ਉਹਨਾਂ ਦਾ ਨਾਮ ਆ ਉਹਨਾਂ ਨੇ ਆਪਣੇ ਇੱਕ ਡੀਐਸਪੀ ਸੁਖਬਾਲ ਸਿੰਘ ਰੰਧਾਵਾ ਉਹਦੀ ਡਿਊਟੀ ਲਾਤੀ ਹੈ ਕਹਿੰਦੇ ਕਿ ਤੁਸੀਂ ਇਹਦੀ ਤਹਿਕੀਕਾਤ ਕਰੋ ਪਰ ਮੈਨੂੰ ਲੱਗਦਾ ਇਹ ਜਿਹੜੇ ਐਸ ਐਚਓ ਗੁਰਮੀਤ ਸਿੰਘ ਆ ਏਐਸਆਈ ਮੰਗਲ ਸਿੰਘ ਆ ਤੇ ਨਾਲ ਏਐਸਆਈ ਅਸ਼ੂਨੀ ਕੁਮਾਰ ਆ ਇਹਨਾਂ ਨੂੰ ਤਾਂ ਇਮੀਡੀਏਟਲੀ ਤੁਰੰਤ ਪ੍ਰਭਾਵ ਦੇ ਨਾਲ ਆਪਣੀ ਨੌਕਰੀ ਤੋਂ ਬਰਖਾਸਤ ਕਰਨਾ ਚਾਹੀਦਾ ਬਲਕਿ ਸਸਪੈਂਸ਼ਨ ਇਹਦਾ ਕੋਈ ਹੈ ਨਹੀਂ ਕੀ ਅਸੀਂ ਅੱਜ ਕੋਈ 16ਵੀਂ ਸਤਾਪਦੀ ਚ ਰਹ ਰਹੇ ਆ 21ਵੀਂ ਸਤਾਪਦੀ ਦੀ ਅਸੀਂ ਗੱਲ ਕਰਦੇ ਆ ਤਾਂ ਕੀ ਉੱਤੋਂ ਕਿਸੇ ਤਰ੍ਹਾਂ ਦਾ ਇਹਨਾਂ ਨੂੰ ਡਰ ਪਉ ਨਹੀਂ ਨੀ ਔਰ ਖਾਸ ਤੌਰ ਤੇ ਚੰਦਨਾ ਪੱਟੀ ਇਸ ਜੱਜ ਸਹਿਬਾਨ ਦੀ ਮੈਂ ਜ਼ਰੂਰ ਗੱਲ ਕਰੂੰਗਾ ਇਸ ਜੱਜ ਸਾਹਿਬਾ ਦੀ ਕਿ ਇਹਨਾਂ ਨੇ ਹਜੇ ਤੱਕ ਇਸ ਗੱਲ ਉੱਤੇ ਇੰਟਰਵਿਨ ਨਹੀਂ ਕੀਤਾ ਘਟੋ ਘਟ ਤੁਸੀਂ ਇਹਨਾਂ ਪੁਲਿਸ ਅਫਸਰਾਂ ਤੇ ਸ਼ਿਕਾਇਤ ਤਾਂ ਕਰ ਸਕਦੇ ਹੋ ਕਿ ਇਹਨਾਂ ਨੇ ਇਸ ਕੁੜੀ ਨੂੰ ਜੇ ਤੁਸੀਂ ਸ਼ਿਕਾਇਤ ਕੀਤੀ ਸੀ ਕਿ ਤੁਹਾਡੇ ਗਹਿਣੇ ਚੋਰੀ ਹੋਏ ਆ ਪਰ ਇਹ ਤਾਂ ਯਕੀਨੀ ਬਣਾਓ ਕਿ ਇਸ ਕੁੜੀ ਨੂੰ ਫਿਜ਼ੀਕਲੀ ਟਾਰਚਰ ਕਿਸ ਤਰ੍ਹਾਂ ਕੀਤਾ ਮਾਰਿਆ ਕੁੱਟਿਆ ਕਿਸ ਤਰ੍ਹਾਂ ਗਿਆ ਔਰ ਵੈਸੇ ਵੀ ਤੁਸੀਂ ਦੇਖੋ ਅੱਜ ਵੀ ਸਾਡੀ ਪੰਜਾਬ ਪੁਲਿਸ ਕਿਹੜੀ ਸਦੀ 'ਚ ਫਿਰਦੀ ਆ ਇਹ ਅੱਜ ਵੀ ਲੋਕਾਂ ਨੂੰ ਕੁੱਟ ਮਾਰ ਕੇ ਮਨਾਉਂਦੀ ਆ ਇਹਨਾਂ ਦੀ ਕੋਈ ਤਫਤੀਸ਼ ਦੀ ਟੈਕਨੀਕ ਨਹੀਂ ਆ ਉਸ ਤੋਂ ਕਨਫੈਸ਼ਨਲ ਸਟੇਟਮੈਂਟ ਜਾਂ ਉਸ ਤੋਂ ਮਨਵਾ ਕੇ ਉਸੇ ਨੂੰ ਇਹ ਕੋਰਟ ਦੇ ਵਿੱਚ ਪੇਸ਼ ਕਰਦੀ ਆ ਬਾਅਦ ਦੇ ਵਿੱਚ ਇਹਨਾਂ ਦੇ ਕੋਰਟਾਂ ਦੇ ਵਿੱਚ ਕੇਸ ਸਾਰੇ ਡਿੱਗ ਪੈਂਦੇ ਨੇ ਫੇਲ ਹੋ ਜਾਂਦੇ ਨੇ ਤੇ ਫਿਰ ਕਹਿੰਦੇ ਨੇ ਸਾਡਾ ਕਨਵਿਕਸ਼ਨ ਰੇਟ ਇਹਨਾਂ ਲੋਕ ਕਿਉਂ ਆ ਇਸ ਕਰਕੇ ਔਰ ਦੂਸਰੀ ਗੱਲ ਇਹਦੇ 'ਚ ਇੱਕ ਹੋਰ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਜੱਜਿਸ ਨੇ ਤਾਂ ਇਹ ਸਾਡਾ ਇਨਸ਼ੋਰ ਕਰਨਾ ਹੁੰਦਾ ਯਕੀਨੀ ਬਣਾਉਣਾ ਹੁੰਦਾ ਕਿ ਸਾਡੇ ਮਨੁੱਖੀ ਅਧਿਕਾਰਾਂ ਦੀ ਕਿਸੇ ਤਰ੍ਹਾਂ ਦੀ ਵਾਇਲੇਸ਼ਨ ਨਾ ਹੋਵੇ ਕਿਸੇ ਤਰ੍ਹਾਂ ਮਨੁੱਖੀ ਅਧਿਕਾਰਾਂ ਦਾ ਹਨਨ ਨਾ ਹੋਵੇ ਤੇ ਜੇ ਚੰਦਨਾ ਪੱਟੀ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਇਸ ਡਾਇਰੈਕਸ਼ਨ ਦੇ ਵਿੱਚ ਨਹੀਂ ਲੈਂਦੇ ਤੇ ਫਿਰ ਮੈਨੂੰ ਲੱਗਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਇਸ ਕੇਸ ਦੇ ਵਿੱਚ ਇਮੀਡੀਏਟਲੀ ਇਹਨਾਂ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਕਿ ਇਹਨਾਂ ਦੀ ਸਾਰੀ ਕੁਝ ਜਾਣਕਾਰੀ ਦੇ ਵਿੱਚ ਸੀ ਕਿ ਇਹਨਾਂ ਨੂੰ ਪਤਾ ਸੀ ਕਿ ਇਸ ਕੁੜੀ ਨੂੰ ਇਹਨਾਂ ਮਾਰਿਆ ਕੁੱਟਿਆ ਗਿਆ ਜੇ ਪਹਿਲਾਂ ਨਹੀਂ ਸੀ ਪਤਾ ਤੇ ਘੱਟੋ-ਘੱਟ ਹੋਣੀ ਪਤਾ ਲੱਗ ਗਿਆ ਹੋਣਾ ਕਟੋਕਟ ਅਖਬਾਰ ਤਾਂ ਪੜ੍ਹਦੇ ਹੋਵੋਗੇ ਇੱਕ ਚੀਜ਼ ਹੋਰ ਸਾਹਮਣੇ ਆਉਂਦੀ ਆ ਇਹ ਵੀ ਪਤਾ ਲੱਗਾ ਕਿ ਚੰਦਨਾ ਪੱਟੀ ਦੇ ਬਾਡੀਗਾਰਡ ਨੇ ਵੀ ਇਸ ਕੁੜੀ ਨੂੰ ਮਾਰਿਆ ਕੁੱਟਿਆ ਜਿਹੜੀ ਕਿਸਤਾਨ ਮਜ਼ਦੂਰ ਸੰਘਰਸ਼ ਕਮੇਟੀ ਆ ਜਿਹੜੀ ਇਸ ਕੁੜੀ ਦੇ ਨਾਲ ਆ ਕੇ ਖੜ ਗਈ ਆ ਹੋਰ ਵੀ ਬਹੁਤ ਸਾਰੇ ਉਥੋਂ ਦੇ ਐਕਟਿਵਿਸਟ ਨੇ ਜਿਹੜੇ ਸਿਵਲ ਹਸਪਤਾਲ ਦੇ ਵਿੱਚ ਖੜੇ ਨੇ ਔਰ ਪੁਲਿਸ ਤੋਂ ਬਲਕਿ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਨੇ ਕਿ ਉਹਨਾਂ ਪੁਲਿਸ ਅਧਿਕਾਰੀਆਂ ਦੇ ਖਿਲਾਫ ਐਕਸ਼ਨ ਲਿਆ ਜਾਵੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਚੰਦਨਾ ਪੱਟੀ ਦੇ ਬਾਡੀਗਾਰਡ ਨੇ ਵੀ ਉਸ ਕੁੜੀ ਨੂੰ ਕੁੱਟਿਆ ਮਾਰਿਆ ਤੇ ਕੀ ਇਹ ਗੱਲ ਉਹਨਾਂ ਦੀ ਯਾਨੀ ਕਿ ਜੱਜ ਸਾਹਿਬਾਨ ਨੇ ਜੱਜ ਸਾਹਿਬਾ ਚੰਦਨਾ ਪੱਟੀ ਦੀ ਨੌਲੇਜ ਦੇ ਵਿੱਚ ਆ ਨਹੀਂ ਤਾਂ ਜੇ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਇਸੇ ਤਰ੍ਹਾਂ ਹੁੰਦਾ ਰਿਹਾ ਤੇ ਫਿਰ ਕਿਸ ਤਰ੍ਹਾਂ ਅਸੀਂ ਤਵਕਕੋ ਕਰ ਸਕਦੇ ਆ ਇੱਕ ਆਮ ਵਿਅਕਤੀ ਦੇ ਚੋਰੀ ਹੋ ਜੇ ਉਹਦੀ ਕੋਈ ਰਿਪੋਰਟ ਨਹੀਂ ਲਿਖਦਾ ਕਈ ਕਈ ਦਿਨ ਉਹਨੂੰ ਪੁਲਿਸ ਸਟੇਸ਼ਨਾਂ ਦੇ ਚੱਕਰ ਲਾਉਣੇ ਪੈਂਦੇ ਨੇ ਤੇ ਇੱਥੇ ਉੜੇ ਨੂੰ ਚੱਕ ਕੇ ਲੈ ਜਾਂਦੇ ਆ ਇਹਨਾਂ ਬੁਰੀ ਤਰ੍ਹਾਂ ਟੌਰਚਰ ਕਰਦੇ ਆ ਔਰ ਉਸ ਤੋਂ ਬਾਅਦ ਉਹਦਾ ਹਸਪਤਾਲ ਦੇ ਵਿੱਚ ਇਲਾਜ ਕਰਾਉਣਾ ਪੈਂਦਾ ਇਸ ਮਾਮਲੇ ਨੂੰ ਵੀ ਘਟੋ-ਘਟ ਹੁਣ ਫੇਰ ਗੱਲ ਭਗਵੰਤ ਮਾਨ ਦੀ ਆ ਜਾਂਦੀ ਆ ਕਿਉਂਕਿ ਪੁਲਿਸ ਮਹਿਕਮਾ ਉਹਨਾਂ ਕੋਲੇ ਆ ਉਹਨਾਂ ਦੇ ਜਿਹੜੇ ਡੀਜੀਪੀ ਨੇ ਆਫੀਸ਼ੀਏਟਿੰਗ ਡੀਜੀਪੀ ਗੌਰਵ ਯਾਦਵ ਉਹ ਤਾਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਸਾਰਿਆਂ ਨੇ ਦੇਖਿਆ ਕਿ ਕਿਸੇ ਮਾਮਲੇ ਦੇ ਵਿੱਚ ਪੁਖਤਾ ਸਟੈਂਡ ਹੀ ਨਹੀਂ ਲੈਂਦੇ ਕਿਸੇ ਮਾਮਲੇ ਦੇ ਵਿੱਚ ਆਪਣੇ ਪੁਲਿਸ ਅਧਿਕਾਰੀਆਂ ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰਦੇ ਆਖਰਕਾਰ ਜਿੰਨੀ ਦੇਰ ਤੱਕ ਉਹਨਾਂ ਨੂੰ ਕੋਈ ਆਪਣੇ ਮੁੱਖ ਮੰਤਰੀ ਦੀ ਡਾਇਰੈਕਸ਼ਨ ਨਹੀਂ ਆਉਂਦੀ ਉਨੀ ਦੇਰ ਤੱਕ ਚੁੱਪ ਹੀ ਬੈਠੇ ਰਹਿੰਦੇ ਆ ਇਸ ਤਰ੍ਹਾਂ ਤੇ ਤੁਹਾਡੀ ਪੁਲਿਸਿੰਗ ਹੋਣੀ ਨਹੀਂ ਕਮਾਂਡਰ ਇਨ ਚੀਫ ਹੋ ਤੁਸੀਂ ਪੁਲਿਸ ਦੀ ਕਮਾਂਡ ਕਰਨੀ ਆ ਜੇ ਕਮਾਂਡ ਤੁਸੀਂ ਆਪਣੇ ਹੱਥ ਨਹੀਂ ਲਓਗੇ ਲੋਕਾਂ ਦਾ ਭਰੋਸਾ ਨਹੀਂ ਜਿੱਤੋਗੇ ਤੇ ਤੁਹਾਨੂੰ ਹਜੇ ਤੁਸੀਂ ਆਫੀਸ਼ੀਏਟਿੰਗ ਹੋ ਤੁਹਾਨੂੰ ਤਾਂ ਹਜੇ ਪੱਕਾ ਕਰਨਾ ਤੇ ਤੁਸੀਂ ਪੱਕੇ ਡੀਜੀਪੀ ਬਣ ਕੇ ਲੋਕਾਂ ਦਾ ਭਰੋਸਾ ਜਿੱਤੋਗੇ ਕਿਸ ਤਰ੍ਹਾਂ ਪੂਰਾ ਲਗਭਗ 1 ਸਾਲ ਹੋਇਆ ਜਦੋਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਜਿਹਨੂੰ ਅਸੀਂ ਪੀਪੀਸੀਬੀ ਵੀ ਕਹਿ ਦਿੰਨੇ ਆ ਆਪਣੀ ਨੀਂਦ ਤੋਂ ਉੱਠ ਕੇ ਹੁਣ ਕਹਿੰਦਾ ਕਹਿੰਦਾ ਮਸੂਰਵਾਲ ਦੇ ਵਿੱਚ ਜਿਹੜੀ ਮਾਲਪ੍ਰੋਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਿਡ ਦੀਪ ਮਲੋਤਰੇ ਦੀ ਉਹ ਫੈਕਟਰੀ ਸੀ ਦੇਸੀ ਸ਼ਰਾਬ ਬਣਾਉਂਦੀ ਸੀ ਔਰ ਸਨ 2007 ਤੋਂ ਇਹ ਸ਼ਰਾਬ ਬਣਾ ਰਹੀ ਆ ਪਿਛਲੇ ਦਿਨਾਂ ਦੇ ਵਿੱਚ ਇਸ ਨੇ 에ਥਨੋਲ ਬਣਾਉਣੀ ਵੀ ਸ਼ੁਰੂ ਕਰਤੀ ਸੀ ਕਹਿੰਦੇ ਜੀ ਪੋਲੂਸ਼ਨ ਬਹੁਤ ਫਲਾ ਰਿਆ ਉੱਥੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਇਸ ਦੀ ਦਿੱਕਤ ਹੋ ਰਹੀ ਆ ਔਰ ਨਾਲ ਹੀ ਜਿਹੜਾ ਗਰਾਊਂਡ ਵਾਟਰ ਆ ਉਹ ਵੀ ਬਹੁਤ ਪੋਲਿਊਟ ਹੋ ਗਿਆ ਉਹਦੇ ਵਿੱਚ ਬਲਕਿ ਬੜਾ ਹੈਵੀ ਮੈਟਲ ਪਾਇਆ ਜਾ ਰਿਹਾ ਜਿਹਦੇ ਵਿੱਚ ਆਰਸਨਿਕ ਕੈਡਮੀਅਮ ਇਸੇ ਤਰ੍ਹਾਂ ਕ੍ਰੋਮੀਅਮ ਕਾਪਰ ਨਿਕਲ ਲੈਂਡ ਇਹ ਸਾਰੇ ਦੇ ਸਾਰੇ ਹੈਵੀ ਮੈਟਲ ਪਾਏ ਜਾਂਦੇ ਨੇ ਜਿਹੜੇ ਕੀ ਹਿਊਮਨ ਕੰਜ਼ਮਪਸ਼ਨ ਲਈ ਜਾਂ ਮਨੁੱਖਾਂ ਲਈ ਬਹੁਤ ਮਾੜੇ ਨੇ ਇਹ ਗੱਲ ਹੁਣੇ ਕਹਿੰਦੇ ਇਸ ਤੋਂ ਪਹਿਲਾਂ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਨੇ ਵੀ ਉਹਨਾਂ ਨੇ ਵੀ ਇੱਕ ਤਰ੍ਹਾਂ ਦੀ ਰਿਪੋਰਟ ਦਿੱਤੀ ਹੈ ਬਲਕਿ ਉਹਨਾਂ ਨੇ ਬੋਰਵੈਲਸ ਤੇ ਜਾ ਕੇ ਜਿਹੜੇ ਇਸ ਫੈਕਟਰੀ ਦੇ ਅੰਦਰ ਸੀ 29 ਬੋਰਵਲ ਜੀ ਜਿਨ੍ਹਾਂ ਨੂੰ ਅਸੀਂ ਟਿਊਬ ਵੈਲਜ਼ ਵੀ ਕਹਿ ਦਿੰਨੇ ਆ ਉਥੋਂ ਦਾ ਪਾਣੀ ਲਿਆ ਤੇ ਉਹਨਾਂ ਨੇ ਵੀ ਇਹ ਗੱਲ ਬਲਕਿ ਪੁਖਤਾ ਕੀਤੀ ਕਿ ਵਾਕਿਆ ਇਹ ਜਿਹੜੀ ਫੈਕਟਰੀ ਆ ਜਾਂ ਜਿਹੜਾ ਇਹ ਪਲਾਂਟ ਆ ਇਹ ਪੋਲੂਸ਼ਨ ਫਰਾ ਰਿਆ ਤੇ ਹੁਣ ਮੈਨੂੰ ਇਹ ਦੱਸੋ ਕਿ ਕੀ ਇਹਨਾਂ ਨੂੰ ਲਗਭਗ ਇੰਨੇ ਸਾਲ ਲੱਗ ਗਏ ਇਹਦੇ ਪਿੱਛੇ ਜਾਣਾ ਬਹੁਤ ਜ਼ਰੂਰੀ ਆ ਕਿ ਇਹ ਐਜੀਟੇਸ਼ਨ ਸ਼ੁਰੂ ਕਦੋਂ ਹੁੰਦੀ ਆ ਤੁਸੀਂ ਦੇਖੋ 24 ਜੁਲਾਈ ਸਨ 2022 ਨੂੰ ਐਜੀਟੇਸ਼ਨ ਸ਼ੁਰੂ ਹੁੰਦੀ ਆ ਲੋਕ ਇਕੱਠੇ ਹੋ ਜਾਂਦੇ ਨੇ ਇਸ ਮਸੂਰਵਾਲੇ ਜ਼ੀਰੇ ਦੇ ਵਿੱਚ ਜਿਹੜਾ ਇਹ ਪਲਾਂਟ ਆ 6 ਮਹੀਨੇ ਲੱਗ ਜਾਂਦੇ ਨੇ ਇਹਨਾਂ ਨੂੰ ਇਹ ਦੱਸਣ ਲਈ ਕਿ ਇਹ ਪੋਲਿਊਸ਼ਨ ਫਲਾਉਂਦੀ ਆ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਂ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਆ ਉਹ ਲਗਾਤਾਰ ਡਿਨਾਈਲ ਮੂਡ ਸੀ ਪਹਿਲੀ ਗੱਲ ਤਾਂ ਜਿਹੜੇ ਨਿਚਲੇ ਅਧਿਕਾਰੀ ਸੀ ਤੁਹਾਨੂੰ ਯਾਦ ਹੋਣਾ ਇੱਥੇ ਡਿਪਟੀ ਕਮਿਸ਼ਨਰ ਹੁੰਦੇ ਸੀ ਲੇਡੀ ਡਿਪਟੀ ਕਮਿਸ਼ਨਰ ਸੀ ਅਮ੍ਰਿਤ ਸਿੰਘ ਉਹ ਇੱਥੇ ਪੋਸਟਡ ਹੁੰਦੇ ਸੀ ਇਸੇ ਤਰ੍ਹਾਂ ਕਾਫੀ ਧੇਰ ਬਾਅਦ ਆਇਆ ਖੈਰੋਬਾਦ ਚਾਏ ਨੇ ਐਸਐਸਪੀ ਹੁੰਦੇ ਸੀ ਕਮਰਦੀਪ ਕੌਰ ਇਹਨਾਂ ਨੇ ਇਹਨਾਂ ਨੇ ਲਗਾਤਾਰ ਰਿਪੋਰਟਸ ਇਹ ਭੇਜਦੇ ਰਹੇ ਕਹਿੰਦੇ ਕਿਸੇ ਤਰ੍ਹਾਂ ਦੀ ਇਹ ਜਿਹੜੀ ਫੈਕਟਰੀ ਹੈ ਇਹ ਤਾਂ ਪੋਲੂਸ਼ਨ ਫਲਾ ਹੀ ਨਹੀਂ ਰਹੀ ਸੋ ਸਾਨੂੰ ਬੰਦ ਕਰਨ ਦੀ ਲੋੜ ਨਹੀਂ ਪਰ ਕਿਉਂਕਿ ਸੰਘਰਸ਼ ਲਗਾਤਾਰ ਚੱਲਦਾ ਰਿਹਾ ਇੱਥੇ ਤੁਹਾਨੂੰ ਯਾਦ ਹੀ ਹੋਣਾ ਸੰਯੁਕਤ ਮੋਰਚਾ ਲੱਗ ਗਿਆ ਸੀ ਕਿਸਾਨ ਜਥੇਬੰਦੀਆਂ ਪਹੁੰਚ ਗਈਆਂ ਸੀ ਤੇ ਆਖਿਰਕਾਰ 16 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਐਲਾਨ ਕਰਨਾ ਪਿਆ ਕਿ ਅਸੀਂ ਇਹ ਫੈਕਟਰੀ ਬੰਦ ਕਰਨ ਜਾ ਰਹੇ ਹਾਂ ਪਰ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦੀਪ ਮਲੋਤਰਾ ਗਏ ਸੀ ਔਰ ਉੱਥੇ ਜਾ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਸੀ ਕਿ ਤੁਸੀਂ ਇਹ ਫੈਕਟਰੀ ਖੋਲਦੇ ਕਿਉਂ ਨਹੀਂ ਲੋਕੀ ਇੱਥੇ ਬਿਜ਼ਨਸ ਕਿਸ ਤਰ੍ਹਾਂ ਕਰਨਗੇ ਔਰ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਦਾ ਨੁਕਸਾਨ ਕਿੰਨਾ ਹੋ ਰਿਹਾ ਔਰ ਉਸ ਤੋਂ ਬਾਅਦ 15 ਕਰੋੜ ਇੱਕ ਵਾਰ ਹੀ 5 ਕਰੋੜ ਇੱਕ ਵਾਰੀ ਦੀਪਮ ਨੂੰ ਤਰੇ ਨੂੰ 20 ਕਰੋੜ ਰੁਪਏ ਸਰਕਾਰ ਨੂੰ ਯਾਨੀ ਕਿ ਪੰਜਾਬ ਸਰਕਾਰ ਨੂੰ ਦੇਣਾ ਪਿਆ ਸੀ ਤੇ ਮੈਨੂੰ ਇਹ ਦੱਸੋ ਕਿ ਜੇ ਵਾਕਿਆ ਇਹ ਫੈਕਟਰੀ ਇਹ ਪਲਾਂਟ ਪੋਲੂਸ਼ਨ ਫਲਾ ਰਿਆ ਸੀ ਪ੍ਰਦੂਸ਼ਨ ਫਲਾ ਰਿਆ ਸੀ ਤੇ 20 ਕਰੋੜ ਰੁਪਏ ਦੇਣ ਦੀ ਤਾਂ ਪੰਜਾਬ ਸਰਕਾਰ ਨੇ ਕੰਟੈਸਟ ਕਿਉਂ ਨਹੀਂ ਕੀਤਾ ਕਿ ਨਹੀਂ ਜੀ ਅਸੀਂ ਇਹ ਪੈਸੇ ਨਹੀਂ ਦੇਣੇ ਕਿਉਂਕਿ ਇਹ ਪ੍ਰਦੂਸ਼ਨ ਫਲਾ ਰਿਆ ਲੋਕਾਂ ਦੀ ਜ਼ਿੰਦਗੀਆਂ ਦੇ ਨਾਲ ਖੇਡ ਰਿਆ ਲੋਕਾਂ ਨੂੰ ਬਿਮਾਰ ਕਰ ਰਿਆ ਇਹ ਉਦੋਂ ਤਾਂ ਕੰਟੈਸਟ ਕੀਤਾ ਨਹੀਂ ਬਲਕਿ ਉਸ ਵਕਤ ਤਾਂ ਸਾਰੀ ਦੀ ਸਰਕਾਰ ਸਾਰੀ ਸਰਕਾਰ ਪੱਬਾ ਪਾਰ ਹੋਈ ਹੋਈ ਸੀ ਕਿ ਕਿਸੇ ਤਰ੍ਹਾਂ ਇਹ ਧਰਨਾ ਪ੍ਰਦਰਸ਼ਨ ਖਤਮ ਕਰਵਾਈਏ ਤੁਹਾਨੂੰ ਯਾਦ ਹੋਣਾ ਜਿਹੜੇ ਕਮਿਸ਼ਨਰ ਹੁੰਦੇ ਸੀ ਕਿਸੇ ਟਾਈਮ ਅੰਮ੍ਰਿਤਸਰ ਦੇ ਆਈਜੀ ਜਸਕਰਨ ਸਿੰਘ ਇਹਨਾਂ ਦੇ ਅਧੀਨ ਇੱਕ ਟੀਮ ਵੀ ਬਣਾਈ ਸੀ ਤੁਸੀਂ ਜਾ ਕੇ ਗੱਲਬਾਤ ਕਰੋ ਇਹਨਾਂ ਨੂੰ ਸਮਝਾਓ ਤਾਂ ਧਰਨਾ ਪ੍ਰਦਰਸ਼ਨ ਇੱਥੋਂ ਚਕਾਓ ਤੇ ਕਿਸ ਤਰ੍ਹਾਂ ਉੱਥੇ ਪੁਲਿਸ ਦਾ ਕਿੱਡਾ ਵੱਡਾ ਜਮਾਵੜਾ ਲਾਤਾ ਸੀ ਉੱਥੇ ਗੱਡੀਆਂ ਪਹੁੰਚ ਗਈਆਂ ਸੀ ਪੁਲਿਸ ਫੋਰਸ ਇਕੱਠੀ ਕਰਦੀ ਸੀ ਇੰਨਾ ਸਾਰਾ ਕੁਝ ਕਰਨ ਦੀ ਲੋੜ ਕੀ ਸੀ ਜੇ ਹੁਣ ਜਾ ਕੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੂੰ ਇਹ ਰਿਪੋਰਟਾਂ ਦੇਣੀਆਂ ਪੈ ਰਹੀਆਂ ਨੇ ਕਿ ਹਾਂਜੀ ਇਹ ਤਾਂ ਵਾਕੇ ਪੋਲੂਸ਼ਨ ਫਲਾਉਂਦੇ ਸੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਨੇ ਡਾਕਟਰ ਆਦਰਸ਼ ਪਾਲ ਵਿੱਗ ਮੈਂ ਇਹਨਾਂ ਨੂੰ ਵੀ ਸਵਾਲ ਪੁੱਛਣਾ ਚਾਹੁੰਦਾ ਕਿ ਜਿਹੜੇ ਅਧਿਕਾਰੀਆਂ ਨੇ ਗਲਤ ਰਿਪੋਰਟਾਂ ਦਿੱਤੀਆਂ ਸੀ ਕਲੀਨ ਚਿੱਟਸ ਦਿੱਤੀਆਂ ਸੀ ਕਿ ਨਹੀਂ ਇਹ ਸਾਰਾ ਕੁਝ ਫੈਕਟਰੀ ਆ ਤੁਸੀਂ ਉਹਨਾਂ ਦੇ ਖਿਲਾਫ ਐਕਸ਼ਨ ਕਿਉਂ ਨਹੀਂ ਲੈਂਦੇ ਤੇ ਜੇ ਇਹ ਚੇਅਰਮੈਨ ਐਕਸ਼ਨ ਲੈਂਦੇ ਤੇ ਫਿਰ ਪੰਜਾਬ ਸਰਕਾਰ ਨੂੰ ਲੈਣਾ ਚਾਹੀਦਾ ਕਿਉਂਕਿ ਇੱਕ ਸਾਲ ਤੱਕ ਤੁਸੀਂ ਲੱਗੇ ਔਰ ਉਸ ਤੋਂ ਪਹਿਲਾਂ ਵੀ ਜੇ ਪ੍ਰਦੂਸ਼ਣ ਫਲਾਇਆ ਹੋਵੇ ਜੇ ਲੋਕੀ ਬਿਮਾਰ ਹੋਇਆ ਉਸਤੇ ਵੀ ਐਕਸ਼ਨ ਲਓ ਕਹਿਣ ਦਾ ਭਾਵ ਆ ਕਿ ਇੱਕ ਵਕਤ ਤੁਸੀਂ ਹੋਰ ਐਕਟ ਕਹਿਣ ਦਾ ਭਾਵ ਆ ਕਿ ਇੱਕ ਵੇਲੇ ਤੁਸੀਂ ਕਿਸੇ ਹੋਰ ਤਰ੍ਹਾਂ ਦਾ ਸਟਾਂਸ ਲੈਨੇ ਹੋ ਇੱਕ ਤਰ੍ਹਾਂ ਹੋਰ ਤਰ੍ਹਾਂ ਦਾ ਸਟੈਂਡ ਲੈਨੇ ਹੋ ਤੇ ਥੋੜੇ ਦਿਨਾਂ ਬਾਅਦ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਇਹ ਤਾਂ ਸਰਕਾਰ ਲਈ ਬੜੀ ਵੱਡੀ ਮੁਸ਼ਕਲ ਬਣ ਸਕਦੀ ਹੈ ਫਿਰ ਤੁਹਾਡਾ ਜਿਹੜਾ ਸਟੈਂਡ ਆ ਉਹ ਬਿਲਕੁਲ ਬਦਲ ਜਾਂਦਾ ਇਹਦਾ ਮਤਲਬ ਜਿਹੜੇ ਧਰਨੇ ਪ੍ਰਦਰਸ਼ਨ ਹੋ ਰਹੇ ਸੀ ਉਸ ਫੈਕਟਰੀ ਨੂੰ ਬੰਦ ਕਰਵਾਉਣ ਦੇ ਉਹ ਸਾਰੇ ਠੀਕ ਸੀ ਉਹ ਜਾਇਜ਼ ਸੀ ਲੋਕ ਜੋ ਕਹਿ ਰਹੇ ਸੀ ਉਹ ਬਿਲਕੁਲ ਠੀਕ ਸੀ ਇਸ ਕਰਕੇ ਹੁਣ ਘਟੋ ਘਟ ਜਿਹੜੇ ਅਧਿਕਾਰੀਆਂ ਨੇ ਚਾਹੇ ਉਹ ਡੀਸੀਸੀ ਸਾਫਾ ਫਿਰੋਜ਼ਪੁਰ ਦੀ ਅਮਰਿਤ ਸਿੰਘ ਸੀ ਚਾਹੇ ਉਹ ਆਈਜੀ ਜਸਕਰਨ ਸਿੰਘ ਜੀ ਜਾਂ ਹੋਰ ਅਧਿਕਾਰੀ ਸੀ ਜਿਨ੍ਹਾਂ ਨੇ ਤੁਹਾਨੂੰ ਸਹੀ ਰਿਪੋਰਟ ਨਹੀਂ ਦਿੱਤੀ ਚਾਹੇ ਉਹ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ ਸੀ ਜਿਨ੍ਹਾਂ ਨੇ ਸਹੀ ਰਿਪੋਰਟਸ ਨਹੀਂ ਦਿੱਤੀਆਂ ਕਲੀਨ ਚੈਟਸ ਨਹੀਂ ਦਿੱਤੀਆਂ ਉਹਨਾਂ ਸਾਰਿਆਂ ਦੇ ਖਿਲਾਫ ਕਾਰਵਾਈ ਕਰੋ ਤਾਂ ਕਿ ਅਗੋਂ ਇਹ ਸਹੀ ਰਿਪੋਰਟ ਤੁਹਾਨੂੰ ਦੇ ਸਕਣ ਪੰਜਾਬ ਵਿਜੀਲੈਂਸ ਬਿਊਰੋ ਨੇ ਸਰਵੇਸ਼ ਕੌਸ਼ਲ ਨੂੰ 11 ਜੁਲਾਈ ਨੂੰ ਬੁਲਾ ਰਿਆ ਠੀਕ ਹੈ ਕਹਿੰਦੇ ਕਿ ਡਿਸਪਰਪੋਰਸ਼ਨੇਟ ਐਸੈਟਸ ਦੇ ਇੱਕ ਕੇਸ ਦੇ ਵਿੱਚ ਤਫ਼ਤੀਸ਼ ਹੋਏਗੀ ਪਤਾ ਕਰਾਂਗੇ ਕਿ 1982 ਬੈਚ ਦੇ ਸਰਵੇਸ਼ ਕੌਸ਼ਲ ਜਿਹੜੇ ਪੰਜਾਬ ਦੇ ਚੀਫ ਸਕੱਰੇਟਰੀ ਰਹੇ ਨੇ ਸਨ 2014 ਤੋਂ ਲੈ ਕੇ ਸਨ 2017 ਤੱਕ ਕੀ ਇਹਨਾਂ ਨੇ ਆਪਣੇ ਜਿਹੜੇ ਆਮਦਨ ਦੇ ਸਰੋਤ ਸੀ ਜਿਹੜੇ ਕਿ ਲੋਕਾਂ ਨੂੰ ਪਤਾ ਹੈ ਜਿਹੜੇ ਇਹ ਡਿਕਲੇਅਰ ਕਰਦੇ ਆ ਉਸ ਤੋਂ ਵੱਧ ਇਹਨਾਂ ਨੇ ਜਾਇਦਾਦ ਬਣਾ ਲਈ ਇਹਨਾਂ ਨੇ ਆਪਣੀ ਚੱਲ ਜਾਂ ਅਚੱਲ ਸੰਪਤੀ ਜਾਂ ਜਿਹਨੂੰ ਕਹ ਲਓ ਮੂਵੇਬਲ ਜਾਂ ਇਮ ਮੂਵੇਬਲ ਜਿਹੜੀ ਸੰਪਤੀ ਸੀ ਪ੍ਰਾਪਰਟੀ ਉਹ ਕਿਤੇ ਵੱਧ ਤਾਂ ਨਹੀਂ ਬਣਾ ਲਈ ਬਿਲਕੁਲ ਠੀਕ ਗੱਲ ਆ ਵਿਜੀਲੈਂਸ ਬਿਊਰੋ ਇਸ ਕੇਸ ਨੂੰ ਕਿਸੇ ਲੌਜੀਕਲ ਐਂਡ ਤੇ ਲੈ ਕੇ ਜਾਵੇ ਲੋਕਾਂ 'ਚ ਭਰੋਸਾ ਪੈਦਾ ਕਰੇ ਇਸ ਦੀ ਸਾਰਿਆਂ ਨੂੰ ਉਮੀਦ ਆ ਪਰ ਨਾਲ ਦੇ ਨਾਲ ਇਹਦੇ ਨਾਲ ਇਰੀਗੇਸ਼ਨ ਸਕੈਮ ਵੀ ਸਾਰਿਆਂ ਨੂੰ ਯਾਦ ਆ ਜਾਂਦਾ ਉਹ ਸਿੰਚਾਈ ਘੁਟਾਲਾ ਜਿਹਦੇ ਵਿੱਚ ਸਰਵੇਸ਼ ਕੌਸ਼ਲ ਤੋਂ ਆਲਰੇਡੀ ਪੁੱਛਗਿੱਛ ਕੀਤੀ ਜਾ ਚੁੱਕੀ ਆ ਜਿਹਦੇ ਵਿੱਚ ਕੇਬੀਐਸ ਸਿੱਧੂ ਵੀ ਪੇਸ਼ ਹੋ ਚੁੱਕੇ ਆ ਕਾਨ ਸਿੰਘ ਪੰਨੂ ਵੀ ਆ ਚੁੱਕੇ ਆ ਤੇ ਇਸੇ ਤਰ੍ਹਾਂ ਸ਼ਰਨਜੀਤ ਸਿੰਘ ਢਿੱਲੋਂ ਤੇ ਜਨਮਜੀਤ ਸਿੰਘ ਸੇਖੋ ਪਰ ਉਸ ਕੇਸ ਦਾ ਹਜੇ ਤੱਕ ਪਹੁੰਚਿਆ ਕਿਥੇ ਬਣਿਆ ਕੀ ਉਸ ਬਾਰੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਕਿਉਂਕਿ ਵਿਜੀਲੈਂਸ ਬਿਊਰੋ ਕਿਸੇ ਤਰ੍ਹਾਂ ਦੀ ਕੋਈ ਬਰੀਫਿੰਗ ਕਰਦਾ ਹੀ ਨਹੀਂ ਨਾ ਉਹ ਇਸ ਗੱਲ 'ਤੇ ਯਕੀਨ ਕਰਦਾ ਕਿ ਲੋਕਾਂ ਨੂੰ ਕੋਈ ਜਾਣਨ ਦਾ ਹੱਕ ਆ ਉਹ ਤਾਂ ਜਿੰਨੀਆਂ ਆਪਣੇ ਹਿਸਾਬ ਦੇ ਨਾਲ ਖਬਰਾਂ ਲਵਾਉਣਾ ਚਾਹੁੰਦਾ ਕਿਸੇ ਤੋਂ ਇਧਰੋਂ ਉਧਰੋਂ ਜਾਣਕਾਰੀ ਦੇ ਕੇ ਉਹ ਲਵਾ ਲੈਂਦਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਪਰ ਚੰਗੀ ਗੱਲ ਆ ਕਿ ਜੇ ਇਹ ਕੇਸ ਕਿਸੇ ਲੌਜੀਕਲ ਐਂਡ 'ਤੇ ਪਹੁੰਚੇਗਾ ਘੱਟੋ ਘੱਟ ਜੇ ਆਈਐਸ ਅਫਸਰ ਚਾਹੇ ਉਹ ਸਾਬਕਾ ਕਿਉਂ ਨਾ ਹੋ ਜਾਵੇ ਜੇ ਉਹਨਾਂ ਨੂੰ ਕਿਸੇ ਤਰ੍ਹਾਂ ਇਹਨਾਂ ਕੇਸਾਂ ਨੂੰ ਕਿਸੇ ਨਤੀਜੇ ਤੇ ਪਹੁੰਚਾਇਆ ਜਾਊਗਾ ਜਾਂ ਕਿਸੇ ਨੂੰ ਸਜ਼ਾ ਮਿਲੂਗੀ ਤੇ ਲੋਕਾਂ ਦਾ ਵੀ ਭਰੋਸਾ ਪੈਦਾ ਹੋਊਗਾ ਕਿ ਹਾਂ ਵਾਕਿਆ ਜਿਹੜੀ ਜਾਂਚ ਏਜੰਸੀਆਂ ਨੇ ਉਹ ਐਵੇਂ ਹਵਾ 'ਚ ਗੱਲਾਂ ਨਹੀਂ ਕਰਦੀਆਂ ਕੇਵਲ ਖਬਰਾਂ ਨਹੀਂ ਲਵਾਉਂਦੀਆਂ ਕੇਵਲ ਸੁਰਖੀਆਂ ਨਹੀਂ ਬਣਾਉਂਦੀਆਂ ਉਹ ਵਾਕਿਆ ਆਪਣੀ ਤਫ਼ਤੀਸ਼ ਪੂਰੀ ਤਸੱਲੀ ਨਾਲ ਕਰਦੀਆਂ ਪੂਰਾ ਪੁਖਤਾ ਢੰਗ ਨਾਲ ਕਰਦੀਆਂ ਤਾਂ ਕਿ ਇਹਨਾਂ ਕੇਸਿਸ ਨੂੰ ਕਿਸੇ ਲੌਜੀਕਲ ਐਂਡ ਤੱਕ ਪਹੁੰਚਾਇਆ ਜਾਵੇ। ਰਾਹੁਲ ਗਾਂਧੀ ਨੂੰ ਕਾਂਗਰਸ ਦੇ ਲੀਡਰ ਇਹਨਾਂ ਨੂੰ ਬੜੀ ਉਮੀਦ ਸੀ ਅੱਜ ਗੁਜਰਾਤ ਹਾਈ ਕੋਰਟ ਤੋਂ ਕਿ ਜਿਹੜੀ ਇਹਨਾਂ ਨੂੰ 23 ਮਾਰਚ ਨੂੰ ਸੂਰਤ ਦੀ ਇੱਕ ਕੋਰਟ ਨੇ ਸੂਰਤ ਵੀ ਗੁਜਰਾਤ ਦੇ ਵਿੱਚ ਆ ਨਿਚਲੀ ਅਦਾਲਤ ਨੇ ਇੱਕ ਸਜ਼ਾ ਸੁਣਾਈ ਸੀ ਕਿ ਇਹਨਾਂ ਨੇ ਡੈਫੇਮੇਸ਼ਨ ਜਾਂ ਮਾਨ ਹਾਨੀ ਕੀਤੀ ਆ ਉਸ ਸਜ਼ਾ ਨੂੰ ਚਾਹੁੰਦੇ ਸੀ ਕਿ ਸ਼ਾਇਦ ਗੁਜਰਾਤ ਹਾਈ ਕੋਰਟ ਜਸਟਿਸ ਹਿਮੰਤ ਪ੍ਰਸ਼ਾਸਕ ਇਹਨਾਂ ਦਾ ਨਾਮ ਆ ਸ਼ਾਇਦ ਉਸ 'ਤੇ ਮਿਲ ਜੇ ਤੇ ਇਹਨਾਂ ਨੂੰ ਰਾਹਤ ਮਿਲ ਜੇ ਉਹ ਰਾਹਤ ਇਹਨਾਂ ਨੂੰ ਮਿਲੀ ਨਹੀਂ ਥੋੜਾ ਜਿਹਾ ਆਪਾਂ ਪਿੱਛੇ ਚੱਲਦੇ ਆ ਤੁਸੀਂ ਯਾਦ ਕਰੋ ਜਦੋਂ ਰਾਹੁਲ ਗਾਂਧੀ ਨੇ ਸਨ 2019 ਦੇ ਵਿੱਚ ਕਰਨਾਟਕ ਦੇ ਵਿੱਚ ਕੁਲਾਰ ਨਾਮ ਦੀ ਉਹ ਜਗ੍ਹਾ ਉੱਥੇ ਉਹ ਭਾਸ਼ਣ ਦੇ ਰਹੇ ਸੀ ਭਾਸ਼ਣ ਦੇ ਦੌਰਾਨ ਹੀ ਉਹਨਾਂ ਨੇ ਗੱਲ ਕੀਤੀ ਨਿਰਮੋਦੀ ਦੀ ਉਸੇ ਤਰ੍ਹਾਂ ਲਲਿਤ ਮੋਦੀ ਤੇ ਨਾਲ ਹੀ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਇਹਨਾਂ ਦੀ ਵੀ ਗੱਲ ਕੀਤੀ ਕਹਿੰਦੇ ਕੀ ਕਾਰਨ ਆ ਇਹ ਜਿਹੜੇ ਸਾਰੇ ਚੋਰ ਆ ਇਹਨਾਂ ਦਾ ਜਿਹੜਾ ਸਰਨੇਮ ਆ ਇਹਨਾਂ ਦਾ ਪਿਛਲਾ ਨੇਮ ਆ ਮੋਦੀ ਕਿਉਂ ਹੁੰਦਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਮੋਦੀ ਆਉਣਗੇ ਇਹ ਇੱਕ ਤਰ੍ਹਾਂ ਦੀ ਟਿੱਪਣੀ ਸੀ ਤੇ ਇਸ ਟਿੱਪਣੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਹੀ ਪੁਰਨੇਸ਼ ਮੋਦੀ ਨੇ ਉਹਨਾਂ ਨੇ ਜਾ ਕੇ ਇੱਕ ਡੈਫਮੇਸ਼ਨ ਦਾ ਕੇਸ ਫਾਈਲ ਕਰਦਾ ਤੇ ਸੂਰਤ ਨੇ ਸੂਰਤ ਕੋਰਟ ਨੇ ਇਸ ਵਿੱਚ 23 ਮਾਰਚ ਨੂੰ ਇਸੇ ਸਾਲ ਰਾਹੁਲ ਗਾਂਧੀ ਨੂੰ ਸਜ਼ਾ ਸੁਣਾਤੀ ਔਰ ਇਸ ਦੇ ਵਿੱਚ ਵੱਤ ਵੱਧ ਜਿਹੜੀ ਸਜ਼ਾ ਉਹ 2 ਸਾਲ ਦੀ ਆ ਔਰ ਇੱਥੇ ਇਹ ਵੀ ਬੜੇ ਇੰਟਰਸਟਿੰਗ ਜਾਂ ਦਿਲਚਸਪ ਗੱਲ ਹੋਈਗੀ ਕਿ ਜੇ 2 ਸਾਲ ਦੀ ਸਜ਼ਾ ਹੋ ਜੇ ਤੇ ਫੇਰ ਤੁਹਾਡੀ ਜਿਹੜੀ ਮੈਂਬਰ ਪਾਰਲੀਮੈਂਟ ਆ ਜਿਹੜੀ ਤੁਹਾਡੀ ਮੈਂਬਰਸ਼ਿਪ ਆ ਬਤੌਰ ਐਮਪੀ ਉਹ ਜਾ ਸਕਦੇ ਤੇ ਰਾਹੁਲ ਗਾਂਧੀ ਨੂੰ ਪੂਰੀ ਵੱਧ ਵੱਧ ਸਜ਼ਾ ਹੋਈ ਜੋ ਇਸ ਦੇ ਵਿੱਚ ਪ੍ਰੋਵੀਜ਼ਨ ਆ ਜਾਂ ਡੈਫੇਮੇਸ਼ਨ ਦੇ ਵਿੱਚ ਮਾਨਹਾਨੀ ਦੇ ਵਿੱਚ ਹੈ ਨਾਲ ਦੀ ਨਾਲ ਹੀ ਇਹ ਫੈਸਲਾ ਆਉਂਦਾ ਤੇ 24 ਮਾਰਚ ਨੂੰ ਲੋਕ ਸਭਾ ਦਾ ਸੈਕਟਰੀਏਟ ਉਹ ਵੀ ਆਪਣਾ ਫੈਸਲਾ ਸੁਣਾ ਦਿੰਦਾ ਕਹਿੰਦੇ ਬਿਲਕੁਲ ਆ ਜੀ ਇਹਨਾਂ ਦੀ ਸਦਸਤਾ ਯਾ ਇਹਨਾਂ ਦੀ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖਤਮ ਕਰਤੀ। ਔਰ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਉਹਨਾਂ ਦਿਨਾਂ ਦੇ ਵਿੱਚ ਗੌਤਮ ਅਡਾਨੀ ਉੱਤੇ ਰਾਹੁਲ ਗਾਂਧੀ ਬਹੁਤ ਤਿੱਖੇ ਹਮਲੇ ਕਰ ਰਹੇ ਸੀ ਔਰ ਉੱਥੇ ਲੋਕ ਸਭਾ ਦੇ ਵਿੱਚ ਬੋਲੇ ਸੀ ਬਾਅਦ ਦੇ ਵਿੱਚ ਉਹਨਾਂ ਦੀ ਸਪੀਚ ਹੈ ਜਿਹੜੀ ਉਹ ਕਾਫੀ ਹਿੱਸਾ ਉਸ ਸਪੀਚ ਦਾ ਐਕਸਪੈਂਡ ਕਰ ਦਿੱਤਾ ਗਿਆ ਗੌਤਮ ਅਡਾਨੀ ਤੇ ਤਾਂ ਅੱਜ ਤੱਕ ਆਪਾਂ ਨੂੰ ਪਤਾ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਨਹੀਂ ਹੋਇਆ ਪਰ ਹੁਣ ਜਿਹੜਾ ਇਹ ਫੈਸਲਾ ਆਇਆ ਇਹ ਆਪਣੇ ਆਪ ਦੇ ਵਿੱਚ ਬੜਾ ਇੰਟਰਸਟਿੰਗ ਇਸ ਕਰਕੇ ਆ ਕਿਉਂਕਿ ਅੱਜ ਸਵੇਰੇ ਤੜਕੇ 11 ਵਜੇ ਹੀ ਫੈਸਲਾ ਆ ਗਿਆ ਸੀ ਜਸਟਿਸ ਹੇਮੰਤ ਪ੍ਰਸ਼ਾਸਕ ਨੇ ਇਹ ਗੱਲ ਕਹੀ ਆ ਕਹਿੰਦੇ ਜੀ ਕੋਈ ਗੱਲ ਨਹੀਂ ਤੁਹਾਡੇ ਤਾਂ ਜੇ ਤੁਹਾਨੂੰ ਸਟੇ ਮਿਲ ਵੀ ਜਾਵੇ ਉਹ ਰਾਹੁਲ ਗਾਂਧੇ ਨੂੰ ਕਹਿ ਰਹੇ ਨੇ ਤੇ ਕਹਿੰਦੇ ਇਹਦੇ ਨਾਲ ਕੀ ਫਰਕ ਪੈ ਜੂਗਾ ਤੁਹਾਡੇ ਤੇ ਤਾਂ 10 ਕੇਸ ਹੋਰ ਚੱਲਦੇ ਨੇ ਤੁਹਾਡੇ ਤੇ ਤਾਂ ਵੀਰ ਸਬਰਕਰ ਵਾਲਾ ਕੇਸ ਵੀ ਚੱਲ ਰਿਹਾ ਜਿਹੜੀ ਤੁਸੀਂ ਉਹਨਾਂ ਦੇ ਖਿਲਾਫ ਟਿੱਪਣੀ ਕੀਤੀ ਆ ਸੋ ਇਸ ਕਰਕੇ ਕਹਿੰਦੇ ਮੈਨੂੰ ਲੱਗਦਾ ਨਹੀਂ ਵੈਸੇ ਵੀ ਕਹਿੰਦੇ ਬੇਲ ਐਕਸੈਪਸ਼ਨ ਹੁੰਦੀ ਆ ਕੋਈ ਰੂਲ ਨਹੀਂ ਹੁੰਦਾ ਐਨਾ ਕਹਿ ਕੇ ਉਹਨਾਂ ਨੇ ਇਹਨਾਂ ਦੀ ਜਿਹੜੀ ਅਰਜ਼ੀ ਸੀ ਉਹ ਰਿਜੈਕਟ ਕਰਤੀ ਹੁਣ ਆਖਰੀ ਰਾਸਤਾ ਰਾਹੁਲ ਗਾਂਧੀ ਕੋਲੇ ਕੇਵਲ ਤੇ ਕੇਵਲ ਸੁਪਰੀਮ ਕੋਰਟ ਜਾਂ ਐਪਿਕਸ ਕੋਰਟ ਰਹਿ ਗਿਆ ਸਿਖਰਲੀ ਅਦਾਲਤ ਇਸ ਦੇਸ਼ ਦੀ ਇਸ ਮੁਲਕ ਦੀ ਦੇਖਦੇ ਆ ਕਿ ਕੀ ਉਥੋਂ ਰਾਹੁਲ ਗਾਂਧੀ ਨੂੰ ਰਾਹਤ ਮਿਲਦੀ ਹੈ ਤੇ ਜੇ ਰਾਹਤ ਨਾ ਮਿਲੀ ਤੇ ਫੇਰ ਤੁਸੀਂ ਦੇਖੋ ਰੈਪਰੈਜੈਂਟੇਸ਼ਨ ਆਫ ਦਾ ਪੀਪਲਸ ਐਕਟ ਉਹਦੇ ਅਧੀਨ ਰਾਹੁਲ ਗਾਂਧੀ ਦੀ ਜਿਹੜੀ ਚੋਣ ਲੜਨ ਦੀ ਜਿਹੜਾ ਉਹਨਾਂ ਦਾ ਅਧਿਕਾਰ ਆ ਉਹ ਵੀ ਜਾ ਸਕਦਾ ਬਲਕਿ ਲਗਭਗ 6 ਸਾਲਾਂ ਦਾ ਉਹਨਾਂ ਤੇ ਇੱਕ ਤਰ੍ਹਾਂ ਦਾ ਬੈਨ ਲੱਗ ਸਕਦਾ ਕਿ ਉਹ ਚੋਣ ਨਹੀਂ ਲੜ ਸਕਦੇ ਸੋ ਆਉਣ ਵਾਲੇ ਦਿਨਾਂ 'ਚ ਦੇਖਾਂਗੇ ਕਿ ਸੁਪਰੀਮ ਕੋਰਟ ਇਸ ਤੇ ਕੀ ਫੈਸਲਾ ਲੈਂਦਾ ਵੈਸੇ ਕਾਂਗਰਸ ਦੀ ਪਾਰਟੀ ਇਸ ਫੈਸਲੇ ਨੂੰ ਬੜੀ شدت ਦੇ ਨਾਲ ਪੜ ਰਹੀ ਆ ਕੋਸ਼ਿਸ਼ ਕਰ ਰਹੀ ਆ ਕਿ ਇਸ ਨੂੰ ਹੁਣ ਕਿਸ ਤਰ੍ਹਾਂ ਚੈਲੰਜ ਕੀਤਾ ਜਾਵੇ ਤੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਉਹਨਾਂ ਨੇ ਇਸ ਫੈਸਲੇ ਦਾ welcom ਕੀਤਾ ਉਹ ਕਹਿੰਦੇ ਰਾਹੁਲ ਤਾਂ ਇੱਕ ਹੈਬਚੁਅਲ ਆਫੈਂਡਰ ਨੇ ਇਹ ਤਾਂ ਬੋਲਦੇ ਇਸ ਤਰ੍ਹਾਂ ਇਹਨਾਂ ਨੂੰ ਆਪਣੀ ਸ਼ੈਲੀ ਸੁਧਾਰਨੀ ਚਾਹੀਦੀ ਆ ਕੌਣ ਠੀਕ ਕਹਿ ਰਿਹਾ ਕੌਣ ਠੀਕ ਨਹੀਂ ਕਹਿ ਰਿਹਾ ਇਹ ਤਾਂ ਖੈਰ ਇੱਕ ਡਿਬੇਟ ਦਾ ਮੁੱਦਾ ਪਰ ਹੁਣ ਆਖਰੀ ਜਿਹੜਾ ਇਹਨਾਂ ਦਾ ਰਾਹ ਬਚਿਆ ਉਹ ਕੇਵਲ ਤੇ ਕੇਵਲ ਸੁਪਰੀਮ ਕੋਰਟ ਆ ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ ਮੈਂ ਮਨਪ੍ਰੀਤ ਰੰਦਾਵਾ